NRI मीडिया ते दर्शकों का स्वागत है जी। तो मैं हाँ रशपाल सिंह। जिवें असीं जाणदे कि पूरे पंजाब दे विच चेयरमैनियां नूं लैके बड़े लंबे समय तो जिहड़े सी चर्चावां दा दौर लगातार जारी सी कि आखिर चेयरमैनियां दा ताज किस दे सिर ते सजेगा। समय दे हिसाब नाल जो जो कांग्रेस पार्टी दे वफादार सिपाही सी उहनां नूं उहनां दी मेहनत दा फल मिलिया, उहनां दे सिर ते चेयरमैनियां दे ताज सजे। और हुण बटाले दे विच वी ਇਹ ਜਿਹੜੀ ਚਰਚਾ ਹੈ ਜ਼ੋਰਾਂ ਦੇ ਉੱਤੇ ਹੈ, ਕਿਉਂਕਿ ਇੰਪਰੂਵਮੈਂਟ ਟਰੱਸਟ ਦੀ ਜਿਹੜੀ ਚੇਅਰਮੈਨੀ ਹੈ ਉਸ ਚੇਅਰਮੈਨੀ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਉਹਨਾਂ ਨੇ ਜ਼ੋਰ ਫੜਿਆ ਹੋਇਆ। ਬਟਾਲੇ ਦੇ ਵਿੱਚ ਕੌਣ ਕੌਣ ਉਮੀਦਵਾਰ ਨੇ, ਕੌਣ ਕੌਣ ਨੇ ਇਸ ਦੌੜ ਦੇ ਵਿੱਚ, ਉੱਤੇ ਚਰਚਾ ਹੋਏਗੀ। ਔਰ ਇਹ ਜੋ ਚੇਅਰਮੈਨ ਹੈ ਕਿਸ ਹਲਕੇ ਤੋਂ ਹੋ ਸਕਦਾ ਹੈ ਜਾਂ ਚੇਅਰਮੈਨ ਕਿਸ ਦੀ ਪਸੰਦ ਦਾ ਹੋ ਸਕਦਾ, ਇਹਦੇ 'ਤੇ ਵੀ ਚਰਚਾ ਕਰਦੇ ਹਾਂ। ਤੋ ਸਾਡੇ ਨਾਲ ਇਸ ਵੇਲੇ ਨਵ ਨਿਯੁਕਤ ਜਿਹੜੀ ਜ਼ਿਲ੍ਹੇ ਦੀ ਟੀਮ ਹੈ, ਜ਼ਿਲ੍ਹਾ ਗੁਰਦਾਸਪੁਰ ਕਾਂਗਰਸ ਦੀ ਟੀਮ ਹੈ ਜਿਹੜੀ, ਉਹ ਸਾਡੇ ਨਾਲ ਹੈ। ਸੋ ਅਸੀਂ ਸਭ ਤੋਂ ਪਹਿਲੇ ਸਰਪੰਚ ਸਾਹਿਬ ਨਾਲ ਗੱਲ ਕਰਦੇ, ਜਿਹੜੇ ਸੀਨੀਅਰ ਮੀਤ ਪ੍ਰਧਾਨ ਥਾਪੇ ਗਏ ਨੇ ਕਾਂਗਰਸ ਪਾਰਟੀ ਦੇ ਜ਼ਿਲ੍ਹੇ ਜੀ। ਸਭ ਤੋਂ ਆਪ ਜੀ ਦਾ ਪੂਰਾ ਨਾਮ ਦੱਸ ਦਿਓ। ਸੁਖਦੀਪ ਸਿੰਘ ਤੇਜਾ। ਤੇਜਾ ਸਾਹਿਬ, ਚੇਅਰਮੈਨੀ ਦੀ ਦੌੜ ਦੇ ਵਿੱਚ ਤੁਹਾਨੂੰ ਕੀ ਲੱਗਦਾ ਜੀ, ਬਟਾਲੇ ਦੇ ਵਿੱਚ ਕੌਣ ਕੌਣ ਹੈ ਜਿਹੜਾ ਚੇਅਰਮੈਨੀ ਵਾਸਤੇ, ਕਿਉਂਕਿ ਦਾਅਵਾ ਤਾਂ ਹਰ ਕੋਈ ਠੋਕ ਸਕਦਾ, ਤੁਸੀਂ ਵੀ ਹੋ ਸਕਦੇ ਹੋ, ਕੋਈ ਵੀ ਹੋ ਸਕਦਾ? ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਕੰਮ ਹੈਗਾ ਹਾਈ ਕਮਾਂਡ ਦਾ, ਅਤੇ ਚਾਹਵਾਨ ਤਾਂ ਸਾਰੇ ਹੁੰਦੇ ਆ। ਜਿਹੜਾ ਬੰਦਾ ਚੰਗਾ ਵਰਕਰ ਆ ਉਹਨੂੰ ਹਾਈ ਕਮਾਂਡ ਨੇ ਵੇਖ ਲੈਣਾ, ਉਹਨੂੰ ਬਣਾਉਣਗੇ, ਜਿਹਨੂੰ ਬਣਾਉਣਗੇ ਸਾਨੂੰ ਮਨਜ਼ੂਰ ਆ, ਕੋਈ ਐਸੀ ਗੱਲ ਨਹੀਂ ਗੀ। ਹੁਣ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਇਹਨੂੰ ਬਣਾਓ ਉਹਨੂੰ ਬਣਾਓ, ਇਹ ਹਾਈ ਕਮਾਂਡ ਨੇ ਵੇਖਣਾ। ਅੱਛਾ, ਤੇ ਸਭ ਮਾਪਦੰਡ ਕਿਸ ਤਰ੍ਹਾਂ ਦੇ ਹੋਣਗੇ, ਜਿਵੇਂ ਹੁਣ ਇਹ ਰਿਜ਼ਲਟ ਗਏ ਨੇ, ਔਰ ਜਿਹੜੇ ਜਾਖੜ ਸਾਹਿਬ ਸੀ ਉਹਨਾਂ ਨੂੰ ਬਟਾਲੇ ਤੋਂ ਬਹੁਤ ਵੱਡੀ ਉਮੀਦ ਸੀ, ਬਟਾਲੇ ਦੇ ਵਿੱਚ ਬੜੇ ਵਿਕਾਸ ਦੇ ਕੰਮ ਹੋਏ, ਉਹਦੇ ਬਾਵਜੂਦ ਵੀ ਇੱਥੋਂ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਤੋ ਜਿਹੜੇ ਇੱਥੇ ਦਾਅਵੇਦਾਰੀਆਂ ਹੋਣਗੀਆਂ ਉਹਨਾਂ ਤੋਂ ਉਹਨਾਂ ਦੇ ਰਿਪੋਰਟ ਕਾਰਡ ਵੀ ਤਾਂ ਦੇਖੇ ਜਾਣਗੇ ਨਾ, ਅਤੇ ਉਹਨਾਂ ਦੇ ਰਿਪੋਰਟ ਕਾਰਡ ਦੇ ਹਿਸਾਬ ਨਾਲ ਹੀ ਚੇਅਰਮੈਨੀ ਦੀ ਉਹ ਗੱਲ ਕਰ ਸਕਦੇ? ਬਿਲਕੁਲ, ਵੇਖੋ ਜੀ, ਮੈਂ ਪਹਿਲਾਂ ਵੀ ਤੁਹਾਨੂੰ ਇਹ ਗੱਲ ਕੀਤੀ ਹੈ ਕਿ ਜਿਹੜਾ ਮਿਹਨਤੀ ਵਰਕਰ ਆ ਉਹਨੂੰ ਜ਼ਰੂਰ ਕਿਸੇ ਅਹੁਦੇ ਨਾਲ ਨਵਾਜਿਆ ਜਾਣਾ ਚਾਹੀਦਾ, ਅਤੇ ਚੇਅਰਮੈਨੀ ਵੀ ਆ, ਇਹ ਵੀ ਹਾਈ ਕਮਾਂਡ ਵੇਖਦੀ ਆ ਕਿ ਕਿਸ ਬੰਦੇ ਦੀ ਰਿਪੋਰਟ ਕਾਰਡ ਕੀ ਹੈ, ਕਿੰਨੀ ਕੁ ਉਹਨੇ ਪਿਛਲੀ ਇਲੈਕਸ਼ਨਾਂ 'ਚ ਮਿਹਨਤ ਕੀਤੀ ਹੈ, ਕਦੋਂ ਦਾ ਪਾਰਟੀ ਨਾਲ ਤੁਰਿਆ, ਉਹ ਸਾਰਾ ਕੁਝ ਵੇਖ ਕੇ ਪਾਰਟੀ ਉਹਨੂੰ ਚੇਅਰਮੈਨ ਬਣਾਉਂਦੀ ਹੈ। ਅਤੇ ਸਾਹਿਬ, ਇਸ ਵੇਲੇ ਜਿਹੜੀ ਚੇਅਰਮੈਨੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਸ ਹੈ, ਕਿ ਜਾਂ ਅਸੀਂ ਗੱਲ ਕਰੀਏ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਦੀ ਪਸੰਦ ਦੇ ਜਿਹੜੇ ਨੇ ਚੇਅਰਮੈਨ ਆ ਰਹੇ ਨੇ? ਵੇਖੋ, ਇਹ ਸਾਡੀ ਹਾਈ ਕਮਾਂਡ ਆ, ਸਾਰਾ ਕੰਮ ਤਾਂ ਕੈਪਟਨ ਸਾਹਿਬ ਨੇ ਕਰਨਾ, ਪਰ ਬਾਜਵਾ ਸਾਹਿਬ ਸਾਡੇ ਹਲਕੇ ਨੂੰ ਵੇਖ ਰਹੇ ਆ ਸਾਰਿਆਂ ਨੂੰ ਇੱਥੋਂ, ਅਤੇ ਇਹ ਵੀ ਸਿਫਾਰਿਸ਼ ਕਰਨਗੇ, ਉਹਨਾਂ ਦੀ ਸਿਫਾਰਿਸ਼ ਨਾਲ ਵੀ ਬਣੇਗਾ ਕਿ ਉਹਨਾਂ ਨੂੰ ਸਾਰਿਆਂ ਦਾ ਪਤਾ ਕੌਣ ਕਿਸ ਲੈਵਲ ਦਾ ਬੰਦਾ। ਇੱਕ ਇਸ਼ਾਰਾ ਦੇ ਸਕਦੇ ਕਿ ਇਹ ਕੋਈ ਯੂਥ ਹੋ ਸਕਦਾ ਇੱਥੋਂ ਦਾ ਚੇਅਰਮੈਨ, ਕਿ ਜਾਂ ਅਸੀਂ ਗੱਲ ਕਰੀਏ ਤਾਂ ਕੋਈ ਸੀਨੀਅਰ ਜਿਹੜਾ ਕਾਂਗਰਸੀ ਲੀਡਰ ਆ ਉਹ ਹੋ ਸਕਦਾ? ਵੇਖੋ, ਬਣਾਉਣਾ ਤਾਂ ਸੀਨੀਅਰ ਨੂੰ ਚਾਹੀਦਾ, ਕਿ ਜਿਹਦਾ ਤਜਰਬਾ, ਤਜਰਬੇ ਵਾਲਾ ਬੰਦੇ ਨੂੰ ਬਣਾਉਣਗੇ ਤਾਂ ਫਾਇਦਾ ਹੋਊਗਾ ਸਾਨੂੰ, ਪਾਰਟੀ ਨੂੰ ਫਾਇਦਾ ਹੁੰਦਾ। ਅੱਛਾ, ਜਿਵੇਂ ਦੱਸਿਆ ਜਾ ਰਿਹਾ ਸੀਗਾ ਕਿ ਅਸ਼ਵਨੀ ਸੇਖੜੀ ਜਿਹੜੇ ਨੇ ਉਹ ਵੀ ਇਸ ਦੌੜ ਦੇ ਵਿੱਚ, ਉਹਨਾਂ ਆਪਣੇ ਬੇਟੇ ਵਾਸਤੇ ਚੇਅਰਮੈਨੀ ਦੀ ਜਿਹੜੀ ਗੱਲ ਹੈ ਉਹਦੀ ਵੀ ਚਰਚਾ ਜਿਹੜੀ ਆ ਬਟਾਲੇ ਦੇ ਵਿੱਚ ਆਮ ਹੈ, ਤੁਹਾਨੂੰ ਲੱਗਦਾ ਜੀ ਕਿ ਇਹ ਜਿਹੜੀ ਚੇਅਰਮੈਨੀ ਹੈ ਇਹ ਸੇਖੜੀ ਹਾਊਸ 'ਤੇ ਚਲੀ ਜਾਏਗੀ? ਵੇਖੋ ਜੀ, ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜਾ ਬੰਦਾ ਚੰਗਾ ਵਰਕਰ ਹੈ ਉਹਨੂੰ ਬਣਾਉਣਾ ਚਾਹੀਦਾ, ਇੱਕ ਘਰ ਦੇ ਵਿੱਚ ਹੀ ਤਾਂ ਸਾਰੇ ਅਹੁਦੇ ਦੇਣੇ, ਮੈਂ ਚੰਗਾ ਨਹੀਂ ਸਮਝਦਾ ਕਿ ਵਰਕਰਾਂ ਨੂੰ ਵੀ ਕੁਛ ਨਾ ਕੁਛ ਮਿਲਣਾ ਚਾਹੀਦਾ, ਤਾਂ ਹੀ ਕਾਂਗਰਸ ਜਿੰਦਾ ਰਹਿ ਸਕਦੀ ਹੈ। ਅੱਛਾ, ਕਾਂਗਰਸ ਬਟਾਲੇ ਦੇ ਵਿੱਚ ਕਿਵੇਂ ਜਿੰਦਾ ਰਹਿ ਸਕਦੀ? ਬਟਾਲੇ 'ਚ ਜੋ ਹਾਲਾਤ ਹੋਈ ਹੈ ਅਸੀਂ ਤੁਹਾਨੂੰ ਮਰੀ ਕਹਾਂਗੇ ਨਾ, ਕਿਉਂਕਿ ਜਦੋਂ ਜਿੱਤੀ ਨਹੀਂ ਪਾਈ ਤਾਂ ਕਾਂਗਰਸ ਬਟਾਲੇ ਦੇ ਵਿੱਚ ਤਾਂ ਮਰੀ ਸਮਝੀਏ, ਅਤੇ ਇੱਥੇ ਫਿਰ ਕਿਵੇਂ ਜੀਵੇਗੀ? ਵੇਖੋ, ਗੱਲ ਇੱਦਾਂ ਕਿ ਬਟਾਲੇ ਦੇ ਵਿੱਚ ਪਤਾ ਨਹੀਂ ਕਿੱਦਾਂ ਲੋਕਾਂ ਨੇ ਵੋਟਾਂ ਪਾਈਆਂ ਨੇ, ਜਿੰਨੀ ਡਿਵੈਲਪਮੈਂਟ, ਮੈਂ 92 ਸਾਲ ਤੋਂ ਪਾਰਟੀ ਦੀ ਸੇਵਾ ਕਰਦਾ ਹੁੰਦਾ, ਉਦੋਂ ਤੋਂ ਲੈ ਕੇ ਅੱਜ ਤੱਕ ਇੰਨੀ ਕਦੀ ਡਿਵੈਲਪਮੈਂਟ ਨਹੀਂ ਹੋਈ, ਜਿੰਨੀ ਜਾਖੜ ਸਾਹਿਬ ਨੇ ਮਿਹਨਤ ਕੀਤੀ ਹੈ 1.5 ਸਾਲ ਦੇ ਵਿੱਚ, ਸ਼ਾਇਦ ਕਿਸੇ MP ਨੇ ਕੀਤੀ ਹੋਵੇ, ਅਤੇ ਲੋਕਾਂ ਨੇ ਕਿਸ ਲਹਿਜੇ ਨਾਲ ਵੋਟਾਂ ਪਾਈਆਂ ਸਾਡੀ ਸਮਝ ਤੋਂ ਬਾਹਰ ਆ, ਬਾਕੀ ਕੰਮਾਂ ਤੋਂ ਜਾਖੜ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ। ਅੱਛਾ, ਇੱਕ ਇੱਥੇ ਜੇ ਸਰ ਦੱਸੋ, ਕਿਹੜੇ ਹਲਕੇ ਦੇ ਵਿੱਚ, ਮਤਲਬ ਹਲਕੇ ਜਿੰਨੇ ਸੀਗੇ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ, ਕਿਸ ਹਲਕੇ ਦੇ ਵਿੱਚ ਸਭ ਤੋਂ ਜ਼ਿਆਦਾ ਲੀਡ ਜਿਹੜੀ ਹੈ ਜਾਖੜ ਸਾਹਿਬ ਨੂੰ ਮਿਲੀ ਸੀ? ਫਤਿਹਗੜ੍ਹ ਚੂੜੀਆਂ ਤੋਂ ਮਿਲੀ ਹੈ ਜੀ। ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਇਸ ਵਾਰੀ ਜਿਹੜਾ ਚੇਅਰਮੈਨੀ ਦਾ ਤਾਜ ਵੀ ਹੈ ਕਿਸੇ ਫਤਿਹਗੜ੍ਹ ਚੂੜੀਆਂ ਦੇ ਕਿਸੇ ਬੰਦੇ ਦੇ ਸਿਰ ਆ ਸਕਦਾ? ਵੇਖੋ, ਇਹ ਬਟਾਲੇ ਇੰਪਰੂਵਮੈਂਟ ਟਰੱਸਟ ਦੀ ਚੇਅਰਮੈਨੀ ਦੀ ਤੁਸੀਂ ਗੱਲ ਕਰ ਰਹੇ ਹੋ, ਪਰ ਬਟਾਲੇ ਦੇ ਹਲਕੇ ਤੋਂ ਬੰਦੇ ਨੂੰ ਚਾਹੀਦੀ ਹੈ ਇਹਦੀ ਚੇਅਰਮੈਨੀ, ਉਹ ਤਾਂ ਫਤਿਹਗੜ੍ਹ ਚੂੜੀਆਂ ਦੇ ਕਰਕੇ ਕਹਿ ਰਿਹਾ, ਕਿਉਂਕਿ ਇਹ 'ਚ ਪ੍ਰਧਾਨ ਜੀ ਦੀ ਵੀ ਤਾਂ ਕੋਈ ਨਾ ਕੋਈ ਥੋੜ੍ਹੀ ਬਹੁਤ ਉਹਨਾਂ ਦੀ ਸਹਿਮਤੀ ਹੋਏਗੀ ਨਾ? ਵੇਖੋ, ਉਹ ਤਾਂ ਹਾਈ ਕਮਾਂਡ ਦਾ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦਾ ਕੰਮ ਆ, ਉਹ ਕਿਸੇ ਨੂੰ ਵੀ ਬਣਾ ਸਕਦੇ ਨੇ, ਕਿਤੋਂ ਵੀ ਬਣਾ ਸਕਦੇ ਨੇ, ਪਰ ਮੇਰੀ ਆਪਣੀ ਜਾਤੀ ਰਾਏ ਆ ਕਿ ਬਟਾਲੇ ਦਾ ਬੰਦਾ ਬਣਨਾ ਚਾਹੀਦਾ। ਬਿਲਕੁਲ, ਗੱਲ ਹੋ ਰਹੀ ਹੈ ਕਿ ਸੀਨੀਅਰ ਤਜਰਬੇਕਾਰ ਅਨੁਭਵੀ ਇੱਕ ਬੰਦਾ ਜਿਹੜਾ ਬੇਹੱਦ ਜ਼ਿਆਦਾ ਜ਼ਰੂਰੀ ਹੈ, ਜਿਹੜਾ ਇਸ ਜਿਹੜੀ ਉਹ ਅਹੁਦੇ ਦੇ ਉੱਤੇ
इंप्रूवमेंट ट्रस्ट की चेयरमैनी ते आण के बटाले का विकास जिहड़ा कर सके। सो किते ना किते जिहड़ियां चर्चावां ने ऐसे ना ऐसे चेहरे ने जिहड़े रीढ़ की हड्डी ने कांग्रेस की। सो मैं उन्होंने कोल भी असीं गलबात करते हैं उन्होंने नाल। सेठ साहब चेयरमैनी दे विच तुहाडा भी नाम सब तो अगे चल रहा है। नहीं महाराज, ना तो मैं किसी किया जे तो ना अच्छ तक कितने गया जे। फिर वेखो चर्चा तो कहीं इदा होंगी नहीं, मक्खियाँ तो उदा आदि नहीं जो गुड़ ना हो। नहीं नहीं यहोजी कोई गल नहीं, मैं अज तक नहीं कि गया ना मैं किसी ने किया। सेठ साहब चर्चा हैगी जे? वैसे चर्चा होगी पार्टी लैवल तो जे मैं सन 71 का वर्कर हाँ जी, तो हो सकता किसी ने इतों भेजा हो नाम किया हो ਉਹਦਾ ਮੈਂ ਸ਼ੁਕਰੀਆ ਅਦਾ। ਅੱਛਾ ਵਰਮਾ ਜੀ, ਤੁਸੀਂ ਕੀ ਸਮਝਦੇ ਹੋ ਜਿਵੇਂ ਚਰਚਾ ਦੇ ਵਿੱਚ ਨਾਂ ਸੇਠ ਸਾਹਿਬ ਦਾ? ਇਹ ਜਿਹੜੀ ਬਟਾਲੇ ਦੀ ਇੰਪਰੂਵਮੈਂਟਾਂ ਦੀ ਚੇਅਰਮੈਨੀ ਹੈ, ਜਿਵੇਂ ਤੇਜਾ ਜੀ ਨੇ ਕਿਹਾ ਸੀਨੀਅਰ ਬੰਦੇ ਨੂੰ ਦੇਣੀ ਚਾਹੀਦੀ ਹੈ, ਇਮਾਨਦਾਰ ਬੰਦੇ ਨੂੰ ਦੇਣੀ ਚਾਹੀਦੀ ਹੈ। ਮੈਂ ਨਹੀਂ ਸਮਝਦਾ ਤੇਜਾ ਜੀ ਦੇ ਇਲਾਵਾ ਜਾਂ ਸੇਠ ਜੀ ਤੋਂ ਇਲਾਵਾ ਇੱਥੇ ਜੋ ਹੋਰ ਇਮਾਨਦਾਰ ਬੰਦਾ ਹੈ। ਨਹੀਂ ਤੁਹਾਨੂੰ ਅੱਛਾ ਅਜੇ ਮਹਾਜਨ ਕਿੱਦਾਂ ਦਾ ਲੱਗਦਾ? ਉਹ 'ਚ ਇਮਾਨਦਾਰੀ ਨਹੀਂ ਲੱਗਦੀ? ਨਹੀਂ ਇਮਾਨਦਾਰ ਉਹ ਵੀ ਹੈਗੇ ਨੇ, ਪਰ ਟਿਕਣ ਦਾ ਹਿਸਾਬ ਚਾਹੀਦਾ ਕਿਹਦੇ ਨਾਲ ਹੈਗੇ ਨੇ ਕਿਹਦੇ ਨਾਲ ਨਹੀਂ ਹੈਗੇ, ਮੈਂ ਨਹੀਂ ਸਮਝਦਾ। ਅੱਛਾ ਵਰਮਾ ਜੀ, ਵੈਸੇ ਅਜੇ ਮਹਾਜਨ ਤੁਹਾਨੂੰ ਲੱਗਦਾ ਕਿ ਉਹ ਵੀ ਇਸ ਦੌੜ 'ਚ ਹੈਗਾ? ਦੌੜ 'ਚ ਹੈ ਨੇ, ਉਦਾਂ ਤਾਂ ਦੌੜ 'ਚ ਇਹ ਵੀ ਹੈਗੇ ਆ, ਪਰ ਸਾਨੂੰ ਪਤਾ ਸਾਨੂੰ ਮਿਲਣੇ ਨਹੀਂ ਸਾਡੇ ਵਾਂਗੂ ਜੋ ਵੀ ਅਜੇ ਮਹਾਜਨ ਲੱਗਾ। ਅੱਛਾ, ਅਤੇ ਜੇ ਕੱਲ੍ਹ ਨੂੰ ਤੁਹਾਨੂੰ ਇਹ ਫੈਸਲਾ ਕਰਨਾ ਪਵੇ, ਇੱਕ ਪਾਸੇ ਸਮਝ ਲਓ ਕਿ ਅਸ਼ਮਨੀ ਸੇਖੜੀ ਖੜ੍ਹੇ ਔਰ ਇੱਕ ਬੰਨੇ ਸੇਠ ਸਾਹਿਬ ਖੜ੍ਹੇ ਨੇ, ਤੁਸੀਂ ਕਿਹਦੀ ਸਪੋਰਟ ਕਰੋਗੇ? ਨਹੀਂ ਉਹ ਤਾਂ ਕੈਪਟਨ ਸਾਹਿਬ ਦੀ ਮਰਜ਼ੀ। ਨਹੀਂ ਮੈਂ ਤੁਹਾਡੀ ਕਹਿ ਰਿਹਾ, ਤੁਸੀਂ ਕਿਹਦੀ ਸਪੋਰਟ ਕਰੋਗੇ? ਮੈਂ ਤਾਂ ਸੇਠ ਜੀ ਦੇ ਨਾਲ, ਤੇਜਾ ਜੀ ਦੇ ਨਾਲ। ਮੈਂ ਤੁਹਾਨੂੰ ਪੁੱਛਿਆ ਕਿ ਇੱਕ ਬੰਨੇ ਸੇਖੜੀ ਸਾਹਿਬ ਖੜ੍ਹੇ ਨੇ ਔਰ ਇੱਕ ਬੰਨੇ ਸੇਠ ਸਾਹਿਬ ਖੜ੍ਹੇ ਨੇ, ਔਰ ਤੁਹਾਡੇ ਕੋਲ ਕਿਹਾ ਗਿਆ ਕਿ ਤੁਸੀਂ ਵੋਟ ਕਰੋ, ਇਹਨਾਂ ਦੋਵਾਂ ਦੇ ਵਿੱਚੋਂ ਚੇਅਰਮੈਨ ਕਿਹਨੂੰ ਦੇਖਣਾ ਚਾਹੁੰਦੇ ਹੋ? ਤੁਸੀਂ ਕਿਹਨੂੰ ਦੇਖਣਾ ਚਾਹੋਗੇ? ਬਿਲਕੁਲ ਅਸ਼ਵਨੀ ਸੇਖੜੀ ਨੇ ਅਸ਼ਵਨੀ ਸੇਖੜੀ ਨੇ ਚੇਅਰਮੈਨ ਨਹੀਂ ਲੈਣੀ। ਨਹੀਂ ਉਹਨਾਂ ਬੇਟੇ ਵਾਸਤੇ ਗੱਲ ਕਰੀ, ਉਹਨਾਂ ਬੇਟੇ ਨਾਲ ਸੇਠ ਜੀ ਅਭਿਨਵ ਸੇਖੜੀ ਜੀ ਦਾ? ਨਹੀਂ, ਉਹਨਾਂ ਨਾਲ ਸੇਠ ਇਹ ਰੱਖਿਆ, ਇਹਨਾਂ ਨੂੰ ਚੇਅਰਮੈਨ ਮਿਲਣੀ ਚਾਹੀਦੀ। ਤੁਹਾਡੀ ਵੋਟ ਜਦੋਂ ਜਦੋਂ ਉਹਨਾਂ ਦੀ ਵਾਰੀ, ਤੁਹਾਡੀ ਵੋਟ ਇਹਨਾਂ ਨੂੰ ਜਾ ਰਹੀ ਜਾ ਰਹੀ ਜੀ? ਬਿਲਕੁਲ, ਜਿਵੇਂ ਦੱਸਿਆ ਜਾ ਰਿਹਾ ਕਿ ਵਾਰ ਵਾਰ ਚਰਚਾ ਇਹੀ ਹੈ ਕਿ ਜਿਹੜੇ ਸੀਨੀਅਰ ਹੋਣ, ਸੀਨੀਅਰ ਨੇਤਾ ਜਿਹੜੇ ਨੇ ਬਟਾਲੇ ਦੇ ਅਨੁਭਵ ਕਾਂਗਰਸੀ ਲੀਡਰ ਜਿਹੜੇ ਨੇ, ਉਹਨਾਂ ਦਾ ਜ਼ਿਕਰ ਵਾਰ ਵਾਰ ਹੋ ਰਿਹਾ। ਗੱਲ ਕੀਤੀ ਜਾਵੇ ਅਜੇ ਜੀ ਦੀ, ਅਜੇ ਮਹਾਜਨ ਜੀ, ਉਹ ਵੀ ਕਿਤੇ ਨਾ ਕਿਤੇ ਦੌੜ ਦੇ ਵਿੱਚ ਨੇ। ਦੱਸਿਆ ਜਾ ਰਿਹਾ ਕਿ ਦਫ਼ਤਰਾਂ ਦੇ ਚੱਕਰ ਉਹਨਾਂ ਨੇ ਵੀ ਮਾਰੇ ਨੇ ਔਰ ਚੰਡੀਗੜ੍ਹ ਦੇ ਗੇੜੇ ਉਹਨਾਂ ਦੇ ਵੀ ਲੱਗੇ ਨੇ। ਹੋ ਸਕਦਾ ਕਿਉਂਕਿ ਹਰੇਕ ਦਾ ਹੱਕ ਹੈ, ਸੇਵਾ ਕੀਤੀ ਆ ਪਾਰਟੀ ਦੀ, ਪਰ ਅਸੀਂ ਜ਼ਰੂਰ ਆਪਣੇ ਵੀਰਾਂ ਕੋਲ ਜ਼ਰੂਰ ਪੁੱਛਣਾ ਚਾਹਾਂਗੇ। ਗੁੱਡੂ ਜੀ, ਅਜੇ ਮਹਾਜਨ ਜੀ ਦਾ ਕੀ ਰਿਪੋਰਟ ਕਾਰਡ ਹੈ? ਵੇਖੋ ਜੀ, ਗੱਲ ਤਾਂ ਇਹ ਹੈ ਕਿ ਪਾਰਟੀ ਵੇਖਦੀ ਆ ਵਰਕਰੀ ਜੀ, ਇਹ ਹੁਣ ਬਟਾਲੇ ਦੇ ਲੋਕ ਦੱਸਣਗੇ ਜਾਂ ਜਿਨ੍ਹਾਂ ਦੀ ਡਿਊਟੀ ਲੱਗੀ ਉਹ ਦੱਸਣਗੇ ਜੀ, ਜਿਹਨੇ ਵਰਕ ਕੀਤਾ ਉਹਨੂੰ ਮਿਲਣੀ ਚਾਹੀਦੀ ਹੈ ਜੀ। ਬਿਲਕੁਲ, ਸਾਡੇ ਨਾਲ ਗੋਰਾ ਜੀ। ਗੋਰਾ ਜੀ, ਹਾਂਜੀ ਹਾਂਜੀ ਸਰ ਜੀ, ਜਿਹਨੇ ਮਿਹਨਤ ਕੀਤੀ ਹੈ ਪਾਰਟੀ ਵਾਸਤੇ ਉਹਨੂੰ ਇਹ ਮਿਲਣਾ ਚਾਹੀਦਾ ਜੀ। ਜੀ ਬਿਲਕੁਲ, ਹਰ ਇੱਕ ਨੂੰ ਉਹਦੇ ਨਾਲ ਨਵਾਜਿਆ। ਤੁਹਾਡੇ ਤੁਹਾਡੇ ਹਿਸਾਬ ਨਾਲ ਕਿਹਨੂੰ ਸੋਚਦੇ ਹੋ ਤੁਸੀਂ? ਕਿਹਨੂੰ? ਮੈਂ ਤਾਂ ਕਹਿੰਦਾ ਮੈਨੂੰ ਦੇ ਦਿੱਤੀ ਜਾਏ ਜੀ। ਠੀਕ ਹੈ ਨਾ, ਕਹਿਣ ਦਾ ਮਤਲਬ ਵਰਕਰੀ ਕੀਤੀ ਆ, ਆਪਾਂ ਤਾਂ ਪੈਦਲ ਵਰਕਰੀ ਕੀਤੀ ਹੈ ਸਰ। ਬਿਲਕੁਲ, ਅਸੀਂ ਇਹ ਮੰਨਿਆ ਜੇ ਤਿੰਨ ਨਾਂ ਦੌੜ ਦੇ ਵਿੱਚ ਨੇ, ਜਿਵੇਂ ਸਭ ਤੋਂ ਬਟਾਲੇ ਦੇ ਅਜੇ ਮਹਾਜਨ ਉਹਨਾਂ ਦੀ ਰੇਸ ਦੇ ਵਿੱਚ ਹੈਗੇ ਨੇ, ਕਸਤੂਰੀ ਲਾਲ ਸੇਠ ਜੀ ਜਿਹੜੇ ਨੇ ਬੜੇ ਪੁਰਾਣੇ ਜਿਹੜੇ ਨੇ ਉਹ ਕਾਂਗਰਸ ਦੇ ਸਿਪਾਹੀ ਨੇ, ਉਹਨਾਂ ਦਾ ਨਾਂ ਵੀ ਇਹਦੇ ਵਿੱਚ ਹੈਗਾ, ਸੋ ਅਭਿਨਵ ਸੇਖੜੀ ਦਾ ਨਾਂ ਵੀ ਹੈਗਾ। ਤੁਹਾਨੂੰ ਕੀ ਲੱਗਦਾ ਕਿਹਦੇ 'ਤੇ ਵੈਸੇ ਸਰਕਾਰ ਨੂੰ ਭਰੋਸਾ ਜਿੱਤਣਾ ਚਾਹੀਦਾ? ਆਪਾਂ ਤਾਂ ਤੇਜਾ ਸਾਹਿਬ ਜੀ ਅਤੇ ਕਸਤੂਰੀ ਲਾਲ ਸੇਠ ਜੀ ਦੇ ਨਾਲ ਹਾਂ ਜੀ। ਜੀ ਬਿਲਕੁਲ, ਤੁਹਾਨੂੰ ਕੀ ਲੱਗਦਾ? ਦੇਖੋ ਜੀ, ਜੋ ਤੇਜਾ ਜੀ ਨੇ ਅੱਜ ਸਾਡੇ ਲਈ ਕੀਤਾ, ਸ਼ਾਇਦ ਹੀ ਕਿਸੇ ਪਾਰਟੀ ਨੇ ਅੱਜ ਤੱਕ ਕੀਤਾ, ਐਸੀਆਂ ਨੂੰ ਅੱਗੇ ਲਿਆਉਣ ਵਾਲੇ ਸਾਡੇ ਤੇਜਾ ਜੀ, ਉਹਨਾਂ ਤੋਂ ਵੱਧ ਕੇ ਸਾਡੇ ਸੇਠ ਸਾਹਿਬ ਜਿਨ੍ਹਾਂ ਨੇ ਜਿੰਨੀ ਤਪੱਸਿਆ SC BC ਲਈ ਇਹਨਾਂ ਕੀਤੀ ਹੈ, ਸ਼ਾਇਦ ਹੀ ਕੋਈ ਬਟਾਲੇ ਵਿੱਚ ਬੰਦਾ ਹੋਏਗਾ। ਹਰੇਕ ਬੰਦੇ ਦੀ ਆਪਣੀ ਆਪਣੀ ਰਾਏ ਆ। ਵੀਰ ਜੀ, ਤੁਸੀਂ ਕੀ ਸਮਝਦੇ ਆਪਾਂ ਜੀ? ਮੈਂ ਤਾਂ ਇਹ ਕਹਿੰਦਾ ਵੀ ਤੇਜਾ ਜੀ ਨੂੰ ਜੇ ਜ਼ਿਲ੍ਹੇ ਦਾ ਮੀਤ ਪ੍ਰਧਾਨ ਸੌਂਪੀ ਹੈ ਨਾ, ਅਤੇ ਇਹਨਾਂ ਨੂੰ ਇਹਨਾਂ ਦੀ ਸਲਾਹ ਦੇ ਨਾਲ ਹਾਈ ਕਮਾਨ ਨੂੰ ਇਹਨਾਂ ਦੀ ਸਲਾਹ ਨਾਲ ਬਣਾਉਣਾ ਚਾਹੀਦਾ ਇੱਥੇ। ਜੀ ਬਿਲਕੁਲ, ਤੁਸੀਂ ਹੱਥ ਰੱਖਦੇ ਆ ਉਹਨੂੰ ਬਣਾਉਣਾ ਚਾਹੀਦਾ। ਜੀ ਬਿਲਕੁਲ, ਇਹ ਜ਼ਰੂਰੀ ਹੈ, ਪਰ ਇਹ ਗੱਲ ਹੈਗੀ ਹੈ ਚੇਅਰਮੈਨੀ ਦੀ ਔਰ ਚੇਅਰਮੈਨੀ ਦੇ ਹਿਸਾਬ ਨਾਲ, ਕਿਉਂਕਿ ਬਟਾਲਾ ਦੀ ਸੀਟ ਜਿਹੜੀ ਹੈ, ਅਸੀਂ ਆਪਣੇ ਦਰਸ਼ਕਾਂ ਨੂੰ ਫਿਰ ਦੱਸੀਏ ਕਿ ਇੱਥੇ ਦਾਅਵੇ ਬੜੇ ਹੋਏ ਸੀਗੇ ਔਰ ਬਹੁਤ ਸਾਰੇ ਲੀਡਰਾਂ ਨੇ ਬਹੁਤ ਵੱਡੀ ਵੱਡੀ ਲੀਡ ਦੀ ਜਿੱਤ ਦਾ ਦਾਅਵਾ ਕੀਤਾ ਸੀਗਾ, ਲੇਕਿਨ ਬਟਾਲੇ ਦੇ ਵਿੱਚ ਕਾਂਗਰਸ ਦਾ ਜਾਦੂ ਚੱਲਿਆ ਨਹੀਂ। ਕਾਂਗਰਸ ਜਿਹੜੀ ਸੀ ਬਟਾਲੇ ਦੇ ਵਿੱਚੋਂ ਹਾਰੀ ਹੈ ਔਰ ਬਾਕੀ ਹਲਕਿਆਂ ਦੇ ਵਿੱਚੋਂ ਜਿਹੜੀ ਸਭ ਤੋਂ ਵੱਡੀ ਲੀਡ ਹੈ ਉਹ ਫਤਿਹਗੜ੍ਹ ਚੂੜੀਆਂ ਦੇ ਵਿੱਚ ਜਿਹੜੀ ਹੈ ਉਹ ਆਈ ਸੀਗੀ, ਔਰ ਜਿਵੇਂ ਸਾਡੇ ਸੂਤਰ ਦੱਸ ਰਹੇ ਨੇ
ਉਹਨਾਂ ਸੂਤਰਾਂ ਦੇ ਮੁਤਾਬਕ ਇਹੀ ਹੈ ਕਿ ਇੱਕ ਯੂਥ ਚਿਹਰਾ ਫਤਿਹਗੜ੍ਹ ਚੂੜੀਆਂ ਦਾ ਜਿਹੜਾ ਬਹੁਤ ਹੀ ਨਾਮਵਰ ਆਪਣੇ ਕਹੀਏ ਤਾਂ ਰਾਤ ਦਿਨ ਜਿਹੜਾ ਵੈ ਕਾਂਗਰਸ ਦੀ ਸੇਵਾ ਕਰ ਰਿਹਾ ਔਰ ਉਸ ਯੂਥ ਚਿਹਰੇ ਦਾ ਵੀ ਨਾਂ ਜਿਹੜਾ ਇਸ ਚੇਅਰਮੈਨੀ ਵਾਸਤੇ ਜਿਹੜਾ ਸਭ ਤੋਂ ਅੱਗੇ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਉਹਦੇ ਉੱਪਰ ਜਿਹੜੇ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹ ਵੀ ਭਰੋਸਾ ਕਰਦੇ ਨੇ। ਕਾਰਨ ਹੈ ਕਿ ਉਹਨੇ ਇਲੈਕਸ਼ਨਾਂ ਦੇ ਵਿੱਚ ਦਿਨ ਰਾਤ ਇੱਕ ਕਰਕੇ ਤੂਫਾਨ ਦੇ ਵਿੱਚੋਂ ਕਿਸ਼ਤੀ ਕੱਢਣ ਵਾਲੀ ਗੱਲ ਕੀਤੀ ਸੀ, ਯਾਨੀ ਕਿ ਜਦੋਂ ਕਾਂਗਰਸ ਦੇ ਹਾਲਾਤ ਜਿਹੜੇ ਸੀ ਇਹਨਾਂ ਦਿਨਾਂ ਦੇ ਵਿੱਚ ਵੀ ਕਹੀਏ ਤਾਂ ਬਹੁਤੇ ਚੰਗੇ ਨਹੀਂ ਸੀ, ਪਰ ਫਿਰ ਵੀ ਵੱਡੀ ਲੀਡ ਪੂਰੇ ਜ਼ਿਲ੍ਹੇ ਦੇ ਵਿੱਚੋਂ ਜਿਹੜੀ ਹੈ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਦਵਾਈ ਸੀ। ਸੋ ਜਿੱਥੇ ਸੇਠ ਸਾਹਿਬ ਜਿਹੜੇ ਨੇ ਇਹਨਾਂ ਦਾ ਵੀ ਦਾਅਵਾ ਹੈਗਾ, ਅਜੇ ਮਹਾਜਨ ਦਾ ਵੀ ਦਾਅਵਾ ਹੈਗਾ, ਅਭਿਨਵ ਸੇਖੜੀ ਜਿਹੜੇ ਨੇ ਉਹ ਵੀ ਦਾਅਵਾ ਕਰ ਰਹੇ ਨੇ, ਪਰ ਕਿਤੇ ਨਾ ਕਿਤੇ ਲੱਗ ਰਿਹਾ ਕਿ ਬਟਾਲਾ ਹਲਕੇ ਦੇ ਵਿੱਚ ਹੋ ਸਕਦਾ ਇਸ ਪਾਟੋ ਧਾੜ ਕਰਕੇ ਆਪਸ 'ਚ ਧੜੇਬਾਜ਼ੀ ਕਰਕੇ ਧੜੇਬੰਦੀ ਕਰਕੇ ਇਹ ਸੀਟ ਜਿਹੜੀ ਹੈ ਕਿਸੇ ਬਾਹਰ ਦੇ ਹਲਕੇ ਨੂੰ, ਇਹ ਜਿਹੜੀ ਅਸੀਂ ਚੇਅਰਮੈਨੀ ਦਾ ਤਾਜ ਕਹੀਏ ਤਾਂ ਕਿਸੇ ਬਾਹਰੀ ਨੌਜਵਾਨ ਦੇ ਸਿਰ 'ਤੇ ਸੱਜਣ ਵਾਲਾ। NRI ਦਾ ਜਿਹੜਾ ਇਹ ਆਈਡੀਆ ਹੈ, ਜਿਸ ਦਿਨ ਇਹ ਰਿਪੋਰਟ ਜਿਹੜੀ ਕਲੀਅਰ ਹੋਏਗੀ ਔਰ ਇਹ ਅਨਾਊਂਸ ਹੋਏਗਾ, ਅਸੀਂ ਉਸ ਦਿਨ ਫਿਰ ਇਸੇ ਹੀ ਰਿਪੋਰਟ ਨੂੰ ਦੁਬਾਰਾ ਆਪਣੇ ਇਸ ਅੰਦਾਜ਼ੇ ਨੂੰ ਫਿਰ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਾਂਗੇ। ਸੋ ਉਮੀਦ ਕਰਦੇ ਹਾਂ ਜਾਂ ਤਾਂ ਕਿਉਂਕਿ ਇਸ ਵੇਲੇ ਸੀਨੀਅਰ ਕਸਤੂਰੀ ਲਾਲ ਸੇਠ ਜੀ ਨੇ ਸਾਰੀ ਇਹਨਾਂ ਦੇ ਨਾਲ ਨੇ, ਲੇਕਿਨ ਉਹਨਾਂ ਤੋਂ ਇਲਾਵਾ ਗੱਲ ਕੀਤੀ ਜਾਵੇ ਕਿ ਜੇਕਰ ਕੱਲ੍ਹ ਨੂੰ ਰਿਕਾਰਡ ਬੋਲਦਾ ਤਾਂ ਰਿਕਾਰਡ ਬੋਲੇਗਾ ਫਤਿਹਗੜ੍ਹ ਚੂੜੀਆਂ ਤੋਂ। NRI ਮੀਡੀਆ ਦੇ ਲਈ ਰਸ਼ਪਾਲ ਸਿੰਘ ਬਟਾਲਾ।